सत श्रीकाल जी, तुसी देख रहे हो अजीत टीवी ते। मैं हाँ नायब सिंह सिद्धू। असी खड़े हाँ बठिंडा दे बस स्टैंड विच, जिते कि PRTC कामिआं वल्लों बसां नूं टेढ़ियां ला के गेट बंद कर दिता गया। इन्हां दा कहना कि पटियाला विखे साडे एक कनैक्टर भाई नाल अपने इंस्पैक्टर ने बदतमीजी की अते उस दी पग उतार दित्ती। कारण की सी? उन्हां दा कहना गा वी उस दा पास आ जिहड़ा ਉਹ ਦੀ ਕੁਝ ਦਿਨ ਮਰਿਆਦ ਟੱਪੀ ਸੀ, ਇਸ ਨੂੰ ਲੈ ਕੇ ਉਹਨਾਂ ਦਾ ਰੌਲਾ ਪਿਆ ਅਤੇ ਉਹਦੀ ਬਦਤਮੀਜ਼ੀ ਕੀਤੀ ਉਹਦੇ ਨਾਲ ਅਤੇ ਉਸਦੀ ਪੱਗ ਉਤਾਰ ਦਿੱਤੀ। ਇਸ ਨੂੰ ਲੈ ਕੇ PRTC ਕਾਮਿਆਂ ਵੱਲੋਂ ਪਿੰਡਾਂ ਦਾ ਸਟੈਂਡ ਸੀ ਉਹਦੇ ਗੇਟ ਮੂਹਰੇ ਬੱਸਾਂ ਟੇਡੀਆਂ ਲਾ ਕੇ ਇਹ ਜਾਮ ਲਾ ਦਿੱਤਾ ਗਿਆ। ਤੁਸੀਂ ਦੇਖ ਰਹੇ ਹੋਗੇ ਵੀ ਇਹ ਜਿਹੜੀਆਂ ਬੱਸ ਸਟੈਂਡ ਦੇ ਮੂਹਰੇ ਇਹ ਬੱਸਾਂ ਟੇਡੀਆਂ ਲਾਈਆਂ ਗਈਆਂ ਅਤੇ ਮੁਕੰਮਲ ਜਾਮ ਕੀਤਾ ਹੋਏਗਾ। ਬੱਸਾਂ ਜਿਹੜੀਆਂ ਬਾਹਰੋਂ ਚੱਲ ਸਕਦੀਆਂ ਜਾ ਰਹੀਆਂ ਹੈਗੀਆਂ, ਪਰ ਅੰਦਰੋਂ ਕਿਸੇ ਬੱਸ ਨੂੰ ਨਾ ਸਰਕਾਰੀ ਨਾ ਪ੍ਰਾਈਵੇਟ ਨੂੰ ਬਾਹਰ ਨਹੀਂ ਨਿਕਲਣ ਦਿੱਤਾ ਜਾ ਰਿਹਾ ਅਤੇ ਜਿਹੜੀਆਂ ਸਵਾਰੀਆਂ ਉਹ ਪਰੇਸ਼ਾਨ ਹੋ ਰਹੀਆਂ ਹੈਗੀਆਂ, ਕਿਉਂਕਿ ਕੋਈ ਬੱਸ ਕਿਤੇ ਖੜ੍ਹੀ ਆ, ਕੋਈ ਕਿਤੇ ਖੜ੍ਹੀ ਆ, ਕਿਸੇ ਨੂੰ ਨਹੀਂ ਪਤਾ ਵੀ ਕਿੱਥੋਂ ਚੱਲਣੀ ਆ ਬੱਸ, ਕਿੱਥੇ ਰੋਕਣੀ ਹੈਗੀ। ਇਸ ਕਰਕੇ ਪਰੇਸ਼ਾਨ ਹੋ ਰਹੀਆਂ। ਬਾਕੀ ਕੁਛ ਪ੍ਰੋਬਲਮ ਹੋਰ ਵੀ ਆ ਰਹੀ ਹੈਗੀ ਬਾਈ। ਸਤਿ ਸ਼੍ਰੀ ਅਕਾਲ, ਮੇਰਾ ਨਾਮ ਪਰਮਜੀਤ ਸਿੰਘ ਹੈ ਜੀ। PRTC ਦੇ ਬਠਿੰਡਾ ਡੀਪੂਰੇ ਵਿੱਚ ਮੈਂ ਕੰਮ ਕਰਦਾ ਜੀ। ਸਾਡਾ ਮੁੱਦਾ ਹੈਗਾ ਜੀ, ਸਾਡੇ ਇੱਕ ਸਾਥੀ ਕੰਡਕਟਰ ਵੀਰ ਹੈ ਜਿਹਦੀ ਕਿ ਪਟਿਆਲਾ ਵਿਖੇ ਸਾਡੀ ਚੈੱਕਰ ਇੰਸਪੈਕਟਰ ਸਾਹਿਬਾਨਾਂ ਵੱਲੋਂ ਧੱਕੇ ਮੁੱਕੀ ਗਾਲੀ ਗਲੋਚ ਅਤੇ ਪੱਗ ਉਤਾਰੀ ਗਈ ਹੈ ਜੀ। ਹਾਂਜੀ, ਉਹ ਪਟਿਆਲੇ ਤੋਂ ਡਿਊਟੀ ਸਮੇਂ ਵਕਤ ਮਤਲਬ ਡਿਊਟੀ ਲਾਈ ਸੀ, ਆ ਰਿਹਾ ਸੀ ਵਾਪਸ ਚੈਕਿੰਗ ਦੌਰਾਨ ਉਹਦੇ ਕੋਲੋਂ ਆਈ ਕਾਰਡ ਚੈੱਕ ਕੀਤਾ ਗਿਆ, ਜਿਸ ਦੇ ਉੱਪਰ 15 ਦਿਨ ਡੇਟ ਲੰਘੀ ਹੋਈ ਸੀ, ਜੋ ਕਿ ਡਿਊਟੀ ਸਮੇਂ ਅਕਸਰ ਲੰਘ ਜਾਂਦੀ ਹੈ ਕਿਉਂਕਿ ਜੀ ਸਾਨੂੰ ਲੰਮਾ ਲੰਮਾ ਸਮਾਂ ਅਸੀਂ ਡਿਊਟੀ ਕਰਦੇ ਹਾਂ। ਠੀਕ ਆ, ਸੋ ਜਾਣ ਉਪਰੰਤ ਜਾਣ ਕੇ ਇੰਸਪੈਕਟਰਾਂ ਵੱਲੋਂ ਉਸ ਨਾਲ ਮਤਲਬ ਮਿਸਬਿਹੇਵ ਕਰਿਆ ਗਿਆ ਜੀ, ਧੱਕੇਸ਼ਾਹੀ ਕਰੀ ਗਈ। ਠੀਕ ਹੈ ਜੀ, ਜਦ ਗੱਲਬਾਤ ਹੋਈ ਥੋੜ੍ਹੀ ਜੀ ਤਾਂ ਜੀ ਉਹਨਾਂ ਨੇ ਸਾਡੇ ਸਾਥੀ ਵੀਰ ਨਾਲ ਧੱਕੇ ਮੁੱਕੀ ਮਾਰੀ ਜੀ ਉਹਨਾਂ ਨੂੰ। ਠੀਕ ਹੈ ਜੀ, ਗਲਮੇ 'ਚ ਹੱਥ ਪਾਇਆ ਗਿਆ, ਗਾਲੀ ਗਲੋਚ ਕੀਤੀ ਗਈ ਅਤੇ ਉਹਦੀ ਪੱਗ ਉਤਾਰੀ ਗਈ ਜੀ। ਹੁਣ ਸਾਡੀ ਮੰਗ ਇਹ ਹੈ ਜੀ, ਜਿੰਨਾ ਚਿਰ ਹਰਦਮਨ ਸਾਹਿਬ ਨੂੰ ਸਸਪੈਂਡ ਨਹੀਂ ਕੀਤਾ ਜਾਂਦਾ, ਡਿਊਟੀ ਤੋਂ ਉਤਾਰਿਆ ਨਹੀਂ ਜਾਂਦਾ ਅਤੇ ਉਹਦੇ ਪ੍ਰਬੰਧਕੀ ਕਾਰਵਾਈ ਨਹੀਂ ਕੀਤੀ ਜਾਂਦੀ ਅਤੇ FIR ਦਰਜ ਨਹੀਂ ਕੀਤੀ ਜਾਂਦੀ, ਉਹਨਾਂ ਸਮੇਂ ਅਸੀਂ ਇਹ ਮਤਲਬ ਕਿ ਗੇਟ ਬੰਦ ਖੋਲ੍ਹਾਂਗੇ ਨਹੀਂ ਜੀ। ਠੀਕ ਆ, ਜੇਕਰ ਉਦੋਂ ਪ੍ਰਬੰਧਕ ਨਹੀਂ ਹੁੰਦੀ ਤਾਂ ਸਾਡੇ ਹੋਰ ਸਾਡੇ ਸਾਥੀ ਵੀਰ ਭਰਾ ਪੰਜਾਬ ਰੋਡਵੇਜ਼ ਦੇ 18 ਡਿਪੂ ਅਤੇ 9 ਡਿਪੂ, 27 ਦੇ 27 ਡਿਪੂ, ਯਾਨੀ ਕਿ 9 PRTC ਦੇ ਡਿਪੂ ਅਸੀਂ ਬੰਦ ਕਰਾਂਗੇ ਅਤੇ ਇਸ ਤੋਂ ਉੱਪਰ ਸੰਘਰਸ਼ ਅਸੀਂ ਹੋਰ ਵੀ ਤੇਜ਼ ਕਰਾਂਗੇ ਜੀ। ਅੱਜ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ ਗਿਆ? ਅੱਜ ਅਸੀਂ ਹਰਦਮਨ ਸੈਨ ਖਿਲਾਫ਼ ਪ੍ਰਦਰਸ਼ਨ ਕੀਤਾ ਗਿਆ, ਜੋ ਘਟਨਾ ਹੋਈ ਹੈ ਇਹ ਅੱਜ ਸੁਬਹ ਹੀ ਹੋਈ ਹੈ ਜੀ। ਠੀਕ ਆ, ਸੋ ਹੁਣ ਅਸੀਂ ਗੇਟ ਬੰਦ ਕੀਤਾ ਗਿਆ ਸਾਡੇ ਸਾਥੀ ਭਰਾਵਾਂ ਵੱਲੋਂ। ਜਿੰਨਾ ਚਿਰ ਸਾਡੇ ਸਾਥੀ ਵੀਰ ਉਸ ਦੇ ਨਾਲ ਇਨਸਾਫ਼ ਨਹੀਂ ਹੁੰਦਾ, ਉਹਨਾਂ ਟਾਈਮ ਅਸੀਂ ਇੱਦਾਂ ਹੀ ਬੈਠੇ ਰਹਾਂਗੇ, ਡਟ ਕੇ ਬੈਠੇ ਰਹਾਂਗੇ। ਧੰਨਵਾਦ ਜੀ। ਅਸੀਂ ਮੁਕਤਸਰ ਜਾਣਾ ਵੀਰ ਜੀ। ਕਿੰਨੇ ਦਿਨ ਹੋ ਗਏ? ਬਹੁਤ ਜ਼ਿਆਦਾ, 3-4 ਘੰਟੇ ਹੋ ਗਏ ਬੈਠਣ, ਬੱਚੇ ਨਾਲ ਵਿੱਚ ਪਿੱਛੇ ਵੇਖੋ ਕੋਈ ਆ ਨਹੀਂ ਬਣਦਾ ਪਿਆ ਗਾ। 3-4 ਘੰਟੇ ਹੋ ਗਏ ਸਾਨੂੰ ਖਰਾਬ ਹੁੰਦਿਆਂ ਨੂੰ, ਬੱਸਾਂ ਹੀ ਨਹੀਂ ਜਾ ਰਹੀਆਂ ਕਿਤੇ ਜੀ। ਕੀ ਕਹਿ ਰਹੇ ਆ? ਬਸ ਆ ਵੇਖੋ, ਜਾਣ ਹੀ ਨਹੀਂ ਦਿੰਦੇ, ਬੱਸਾਂ ਲੰਘਣ ਹੀ ਨਹੀਂ ਦਿੰਦੇ ਪਏ। ਹਾਂਜੀ, ਕੀ ਕਹਿੰਦੇ ਵੀ ਕਿਦੋਂ ਤੱਕ ਖੁੱਲੂ? ਹੁਣ ਪਤਾ ਹੀ ਨਹੀਂ ਵੀਰ ਜੀ, ਆ ਵੇਖੋ ਤੁਹਾਡੇ ਸਾਹਮਣੇ ਸਾਰਾ ਕੁਝ ਹੋ ਰਿਹਾ। ਆਉਣ ਵੇਲੇ ਤੁਹਾਨੂੰ ਪਤਾ ਸੀ ਵੀ ਇੱਦਾਂ ਦਾ ਕੁਝ? ਨਹੀਂ ਪਤਾ ਹੀ ਨਹੀਂ ਜੀ ਵੀਰ ਜੀ, ਸਾਨੂੰ ਤਾਂ ਇੱਥੇ ਆਣ ਕੇ ਪਤਾ ਲੱਗਾ ਵੀ ਆਹ ਮੁਸ਼ਕਲ ਸਾਨੂੰ ਆਏਗੀ। ਦਵਾਈ ਲੈਣ ਆਏ ਸੀ ਸੰਗਰੂਰ, ਲਵੇ ਗੋਨਿਆਣੀ ਮੰਡੀ ਚ ਜਾਂਦੇ ਸੀ, ਇੱਥੇ ਆ ਕੇ ਬੱਸਾਂ ਰੁਕ ਗਈਆਂ। ਪ੍ਰਾਈਵੇਟ ਵਾਲੇ ਉਹ ਤੇ ਵੀ ਚੜ ਜਾਂਗੇ, ਜਿਹੜੀ ਆ ਗਈ ਉਹ ਤੇ ਚੜ ਜਾਂਗੇ, ਬਹੁਤ ਪਰੇਸ਼ਾਨ ਹੈ। ਚੱਲਣ ਦਾ ਹੁਣ ਕੀ ਪਤਾ, ਜਦੋਂ ਕਹਿੰਦੇ ਸਾਰੀਆਂ ਬੰਦ ਹੋ ਗਈਆਂ, ਅਸੀਂ ਤਾਂ ਪ੍ਰਾਈਵੇਟ ਤਾਂ ਚੜ ਜਾਂਦੇ, ਦੱਸੋ ਕਿੱਥੇ ਚੱਲ ਦਿੰਦੇ, ਅਸੀਂ ਉੱਥੇ ਵਗ ਜਾਂਗੇ, ਸਾਨੂੰ ਕੋਈ ਚੱਕਰ ਨਹੀਂ ਕਰਦਾ। ਕੀ ਕਹਿ ਰਹੇ ਆ, ਕੀ ਮੁੱਦਾ ਨੇ? ਕੀ ਪਤਾ ਹੁਣ ਕੀ ਕਰੀਏ, ਜਦੋਂ ਕੋਈ ਕਿਸੇ ਦਾ ਰੌਲਾ ਗੋਲਾ ਹੋ ਜਾਂਦਾ ਸਾਰਾ ਕੁਛ ਹੀ ਕਹਿੰਦੇ ਆ। ਜਿਹੜੀਆਂ ਮਹਿਲਾਵਾਂ ਸਰਕਾਰੀ ਬੱਸ ਦਾ ਸੋਚ ਕੇ ਆ ਜਾਂਦੀਆਂ ਹੈਗੀਆਂ ਅਤੇ ਉਹਨਾਂ ਦੀ ਜੇਬ ਵਿੱਚ ਕਈ ਵਾਰੀ ਪੈਸੇ ਵੀ ਘੱਟ ਹੁੰਦੇ ਆ, ਉਹਨਾਂ ਨੂੰ ਵੱਡੀ ਮੁਸ਼ਕਲ ਆ ਗਈ, ਕਿਉਂਕਿ ਸਰਕਾਰੀ ਬੱਸਾਂ ਜਿਹੜੀਆਂ PRTC ਹੈ, ਪਨ ਬੱਸ ਹੈ, ਇਹ ਸਾਰੀਆਂ ਬੰਦ ਹੈਗੀਆਂ ਅਤੇ ਜਿਹੜੀ ਕਿ ਇਕੱਲੀ ਪ੍ਰਾਈਵੇਟ ਬੱਸ ਚੱਲ ਰਹੀ ਹੈਗੀ, ਇਸ ਨੂੰ ਲੈ ਕੇ ਵੀ ਜਿਹੜੀਆਂ ਮਹਿਲਾਵਾਂ ਉਹਨਾਂ ਨੂੰ ਇਹ ਵੱਡੀ ਪ੍ਰੋਬਲਮ ਆ ਰਹੀ ਹੈਗੀ ਅਤੇ ਉਹ ਹਜੇ PRTC ਦੀਆਂ ਬੱਸਾਂ ਦੇ ਵਿੱਚ ਹੀ ਬੈਠੇ ਹੈਗੇ, ਕਿਉਂਕਿ ਉਹਨਾਂ ਕੋਲ ਕਈਆਂ ਕੋਲ ਪੈਸੇ ਘੱਟ ਹੈ ਜਾਂ ਨਹੀਂ ਹੁੰਦੇ, ਉਹ ਇਹ ਸੋਚ ਕੇ ਔਰਤ ਆ ਜਾਂਦੀਆਂ ਵੀ ਇੰਨਾ ਕੁ ਸਮਾਨ ਲੈਣਾ ਉਹ ਲੈ ਲਿਆ ਅਤੇ ਬਾਕੀ 2-4 ਰੁਪਏ 10 ਰੁਪਏ ਜੇਬ 'ਚ ਰੱਖ ਕੇ ਚੱਲ ਪੈਂਦੀਆਂ ਹੈਗੀਆਂ ਵੀ ਚੱਲ ਆਪਾਂ ਤਾਂ ਘਰ ਹੀ ਜਾਣਾ ਜਾਵਾਂਗੇ ਤਾਂ ਫਿਰੀ। ਪਰ ਇਹ ਜਿਹੜਾ ਜਾਮ ਲੱਗਣ ਕਰਕੇ ਸਰਕਾਰੀ ਸਾਰੀਆਂ ਰੋਗੀਆਂ ਅਤੇ ਇਕੱਲੀਆਂ ਪ੍ਰਾਈਵੇਟ ਚੱਲ ਰਹੀਆਂ, ਇਸ ਨੂੰ ਲੈ ਕੇ ਸਵਾਰੀਆਂ ਨੂੰ ਕਾਫੀ ਪਰੇਸ਼ਾਨੀਆਂ ਆ ਰਹੀਆਂ ਹੈਗੀਆਂ। ਕਿਸੇ ਨਾਲ ਬੱਚੇ ਹੈਗੇ, ਕਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਬੱਚੇ ਨਿੱਕੇ ਨਿੱਕੇ ਬੱਚੇ ਹੈਗੇ, ਉਹਨਾਂ ਨੂੰ ਲੈ ਕੇ ਖੜ੍ਹੇ ਹੈ, ਬੈਗ ਹੈ ਕੋਲੇ,
ਇਹ ਕਿੱਧਰ ਜਾਣ ਤੱਕ ਜਾਣ ਕਿੱਧਰ ਕਿੱਥੇ ਜਾ ਕੇ ਬੱਸ ਚੜ੍ਹਨ ਕੋਈ ਇੱਥੋਂ ਕਿਲੋਮੀਟਰ ਦੂਰ ਖੜ੍ਹੀ ਹੈ ਕੋਈ ਕਿਸੇ ਪਾਸੇ ਖੜ੍ਹੀ ਹੈਗੀ ਕਈਆਂ ਨੂੰ ਦੋ ਦੋ ਤਿੰਨ ਤਿੰਨ ਕਿਲੋਮੀਟਰ ਤੁਰਨਾ ਪੈ ਗਿਆ ਇਸ ਨੂੰ ਲੈ ਕੇ ਸਵਾਰੀਆਂ ਬਹੁਤ ਪਰੇਸ਼ਾਨ ਹੈਗੀਆਂ ਅਤੇ ਇਹਨਾਂ ਦੀ ਵੀ ਮੰਗ ਹੈਗੀ ਕਹਿੰਦੇ ਪਹਿਲਾਂ ਉਸ 'ਤੇ ਪਰਚਾ ਦਰਜ ਕੀਤਾ ਕਰੋ ਉਸ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਉਸ ਤੋਂ ਬਾਅਦ ਹੀ ਅਸੀਂ ਇਹ ਜਿਹੜਾ ਜਾਮ ਖੋਲ੍ਹਾਂਗੇ ਬਠਿੰਡਾ ਤੋਂ ਅਜੀਤ ਟੀਵੀ ਲਈ ਨਾਇਬ ਸਿੰਘ ਸਿੱਧੂ ਦੀ ਰਿਪੋਰਟ ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ ਇੰਨਾ ਹੀ ਨਹੀਂ ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ ਟੀਵੀ ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ ਇੰਨਾ ਹੀ ਨਹੀਂ ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ ਤੁਹਾਡਾ ਆਪਣਾ ਭਰੋਸੇਯੋਗ ਚੈਨਲ ਤੁਹਾਡੀ ਆਪਣੀ ਆਵਾਜ਼ ਪੰਜਾਬ ਦੀ ਆਵਾਜ਼ ਅਜੀਤ